अस्सलाम वालेकुम जी, गनी टाइलर और फरहान भाई हमारे पास आए हैं। गनी भाई वीडियो बना रहे हैं, फरहान सुता उड़ता ही पिया से पुराना ना बड़ा खाया तेरा। तेरे को पूछा तेरा वजन कितना है, कहता 32 किलो। वो तो सोखा ही आ जाओ देख के, बस बड़ी ने सट बजे। अस्सलाम वालेकुम चाचा जी, की हाल चाल है? ठीक ठाक। कितों ये तुसी? कनिया क्या दो जी? कनिया की तो हाँ। अच्छा चाचा जी, गवर्नमेंट ने पबजी बंद करती है, उन्हें ना बच्चा दा जीना आराम हो गया, तो तुसी की आखोगे इस बारे? हाँ ਅਸੀਂ ਆਖਾਂ ਹਾਂ, ਮਤਲਬ ਤੁਹਾਡੀ ਰਾਏ ਕੀ ਹੈ ਕਿ ਉਹਨਾਂ ਨੇ ਪਬਜੀ ਬੰਦ ਕੀਤੀ ਹੈ? ਪਬਜੀ ਬੰਦ ਕੀਤੀ? ਹਾਂ, ਬਾਮ ਭੁੱਖੀ ਮਰਨ ਦੇ ਉੱਤੋਂ ਨਾ ਪਬਜੀ ਬੰਦ ਕਰ। ਬਿਲਕੁਲ ਜੀ, ਤੁਸੀਂ ਕੁਛ ਕਹਿ ਕੇ ਜਾਓ ਨਾ। ਓ ਚਾਚਾ ਤਾਰ ਦੇ ਦੇ ਚਾਚਾ, ਬਿਲਕੁਲ ਲੈ ਸਾਡਾ ਯਾਰ। ਚਾਚਾ ਜੀ ਸਲਾਮ ਵਾਲੇਕੁਮ, ਕੀ ਹਾਲ ਚਾਲ ਹੈ? ਹਾਂਜੀ ਠੀਕ ਠਾਕ ਹੋ? ਹਕੂਮਤ ਨੇ ਤੁਹਾਨੂੰ ਪਤਾ ਹੀ ਹੋਣਾ ਪਬਜੀ ਵੀ ਬੰਦ ਕਰਤੀ ਹੈ, ਪਹਿਲਾਂ ਲੋਕਾਂ ਦੇ ਕਾਰੋਬਾਰ ਬੰਦ ਕੀਤੇ, ਹੁਣ ਪਬਜੀ ਬੰਦ ਕਰਤੀ, ਬੱਚਿਆਂ ਦਾ ਖਾਣਾ ਪੀਣਾ। ਵੈਸੇ ਵੀ ਪਬਜੀ ਵਾਲਿਆਂ ਦੇ ਬੱਚਿਆਂ ਦਾ ਜੀਣਾ ਆਰਾਮ ਹੋ ਗਿਆ, ਤੁਸੀਂ ਕੀ ਕਹੋਗੇ? ਕੁਛ ਵੀ ਕਹਿ ਦਿਓ ਜੋ ਦਿਲ 'ਚੋਂ ਆਵੇ। ਸੂਰਤ ਹਾਲ ਜਿਹੜੀ ਹੈਗੀ ਇਹਦੇ ਵਿੱਚ ਤਾਂ ਨਹੀਂ ਕੋਈ ਵੀ ਚੀਜ਼ ਬੰਦ ਨਹੀਂ ਚਾਹੀਦੀ, ਪਹਿਲੇ ਕਾਰੋਬਾਰ ਵਗੈਰਾ ਬਹੁਤ ਡਿਸਟਰਬ ਨੇ, ਉੱਥੋਂ ਨਾ ਪਬਜੀ ਬੰਦ ਕਰਤੀ। ਨਹੀਂ ਚਾਚਾ ਜੀ ਕਹਿੰਦੇ ਆ ਸੂਰਤ ਹਾਲ ਦੇ ਵਿੱਚ ਪਹਿਲਾਂ ਕਾਰੋਬਾਰ ਬੰਦ ਹੋਏ ਨੇ, ਹੁਣ ਪਬਜੀ ਬੰਦ ਕਰਤੀ ਹੈ, ਤੇ ਗਰੀਬ ਬੰਦਾ ਕਿੱਧਰ ਜਾਵੇ? ਗਰੀਬ ਬੰਦਾ ਫਿਰ ਭੁੱਖਾ ਹੀ ਮਰੇਗਾ। ਭੁੱਖਾ ਹੀ ਮਰੇਗਾ, ਪਬਜੀ ਬੰਦ ਹੋ ਗਈ, ਗਰੀਬ ਬੰਦੇ ਭੁੱਖਾ ਹੀ ਮਰਨਾ। ਕੋਈ ਨਹੀਂ, ਆਪਣੀ ਦਿਹਾੜੀ ਲਾਏਗਾ, ਤੁਹਾਡੀ ਨਹੀਂ ਲਾਏਗਾ। ਅੱਛਾ, ਸਾਡੀ ਦਿਹਾੜੀ ਕਾਹਦੀ ਲੱਗਣੀ ਹੈ? ਕੀ ਹਾਲ ਹੈ? ਅੱਲਾ ਸ਼ੁਕਰ। ਪੜ੍ਹੇ ਲਿਖੇ ਲੱਗਤੇ ਆ? ਨਹੀਂ। ਕੁਆਲੀਫਿਕੇਸ਼ਨ ਕੀ? ਕੁਆਲੀਫਿਕੇਸ਼ਨ ਕੀ ਪਾਉਂਦੀ? ਮਤਲਬ ਕਿੰਨਾ ਪੜ੍ਹੇ? ਮਿਡਲ ਤੱਕ। ਮਿਡਲ ਤੱਕ। ਪਬਜੀ ਬੰਦ ਹੋ ਗਈ, ਆ ਸਵਾਲ ਨਾ ਕੁਝ ਕਹੋਗੇ? ਚੰਗੀ ਗੱਲ ਹੈ, ਬੰਦ ਹੋ ਗਈ ਤਾਂ ਜਾਣਦੇ ਹੋ ਭਾਈ, ਹੱਥੀ ਪੈ ਜਾਣਗੇ ਸਾਰੇ, ਫੈਕਟਰੀਆਂ ਬੰਦ ਹੋ ਗਈਆਂ ਨੇ। ਜਾਓ ਤੁਸੀਂ, ਮੈਂ ਮਾਜ਼ਰਤ ਨਾਲ ਕੰਮ ਜਾ ਰਿਹਾ, ਮੈਨੂੰ ਹੀ ਨਾ ਫੜ ਲੈਣ ਜਿੰਨੇ ਜਾਣੇ ਹਨ ਜੀ। ਪਬਜੀ ਬੰਦ ਹੋਈ, ਕਾਰੋਬਾਰ ਨੂੰ ਕੋਈ ਫਰਕ ਪਿਆ? ਬਹੁਤ ਪਰੇਸ਼ਾਨ ਹੈ ਜਨਾਬ, ਚਾਰ ਪੰਜ ਬੱਚੇ ਨੇ, ਮਸਾਂ ਹੀ 500-600 ਰੁਪਇਆ ਕਮਾ ਕੇ ਘਰ ਦਾ ਗੁਜ਼ਾਰਾ ਕਰੀਗਾ। ਯਾਨੀ ਕਿ ਪਬਜੀ ਬੰਦ ਹੋਣ ਨਾਲ ਕਾਰੋਬਾਰ ਬਾਬਾ ਤਬਾਹ ਆ ਜੀ ਸਰ। ਗਾਈਸ ਐਨਜੀ ਐਨਜੀ, ਤੁਸੀਂ ਵੋਟ ਪਾਤਾ ਸੀ ਯਾਦ ਹੈ ਨਾ? ਅੱਗੇ ਤੁਸੀਂ ਸਮਝਦਾਰ ਚਾਚਾ ਜੀ, ਕੀ ਹਾਲ ਜੇ? ਪਬਜੀ ਬੰਦ ਹੋ ਗਈ, ਤੁਹਾਡਾ ਸਵਾਲ ਨਾ ਕੁਛ ਕਹਿਣਾ? ਪਬਜੀ ਚੰਗਾ ਕੀਤਾ? ਚੰਗਾ ਕੀਤਾ ਚਾਚਾ, ਮੈਨੂੰ ਚੰਗਾ ਲੱਗਦਾ, ਚਾਚਾ ਕਹਿੰਦਾ ਚੰਗਾ ਕੀਤਾ ਤੇ ਜੀ। ਗਾਇਸ ਜੈਸਾ ਕਿ ਆਪਕੋ ਪਤਾ ਹੈ, ਫਰਹਾਨ ਬਾਬਾ ਔਰ ਗਨੀ ਟਾਈਗਰ ਜੋ ਕਿ ਹਮਾਰੇ ਪਾਸ ਆਏ ਹੋਏ ਥੇ, ਹਮਨੇ ਸੋਚਾ ਕਿ ਇਨਕੋ ਥੋੜ੍ਹੀ ਸੀ ਸੈਰੋ ਤਫਰੀਹ ਕਰਾਈ ਜਾਏ ਔਰ ਇਨਕੋ ਖੁਸ਼ਗਵਾਰ ਮਾਹੌਲ ਮੇਂ ਲੈ ਕੇ ਜਾਏ ਜੋ ਕਿ ਹਮਾਰੇ ਪਾਸ ਮੁਹੱਈਆ ਹੈ, ਛਾਂਗਾ ਮਾਂਗਾ ਜੰਗਲ ਜੋ ਕਿ ਦੁਨੀਆ ਮੇਂ ਇਨਕਾ ਨਾਮ ਬੋਲਤਾ ਹੈ ਛਾਂਗਾ ਮਾਂਗਾ, ਲੇਕਿਨ ਕਰੋਨਾ ਕੀ ਪੇਸ਼ ਨਜ਼ਰ ਛਾਂਗਾ ਮਾਂਗਾ ਬੰਦ ਹੋ ਗਿਆ ਔਰ ਇਹ ਜੰਗਲੇ ਉਹਨਾਂ ਨੇ ਲਗਾ ਦਈਏ। ਪਹਿਲੇ ਜੰਗਲੇ ਨਹੀਂ ਥੇ, ਲੇਕਿਨ ਅੰਦਰ ਉਹ ਕੋਈ ਬਾਈਕ ਵਾਲਾ ਜਾ ਰਿਹਾ ਹੈ, ਸਾਨੂੰ ਲੜਾਉਣਾ ਚਾਹੀਦਾ ਜ਼ੇਨ, ਅੰਦਰ ਕੋਈ ਬੰਦਾ ਵੜਿਆ ਹੈ ਅਤੇ ਜਨਾਬ ਅਸੀਂ ਹੁਣ ਗਨੀ ਟਾਈਗਰ ਦਾ ਹੋ ਗਿਆ 1 ਮਿਲੀਅਨ, ਕਿੰਨਾ 1 ਮਿਲੀਅਨ, ਅਤੇ ਉਹਦੀ ਅਸੀਂ ਵੀਡੀਓ ਜਿਹੜਾ ਨਾ ਸੈਲੀਬ੍ਰੇਟ ਕਰਨਾ ਅਤੇ ਉਹਦਾ 1 ਮਿਲੀਅਨ ਦਾ ਜਿਹੜਾ ਕੰਮ ਪਾਉਣਾ। ਕੰਨ 'ਚ ਪੈਪ ਪਾਉਣਾ, ਕਹਿੰਦਾ ਮੈਂ ਆਪਣੇ ਕੰਨ 'ਚ ਪੈਪ ਪਾਉਣਾ ਅਤੇ ਤੂੰ ਬਾਹਰ ਖਿੱਚਣਾ ਫੂਕ ਮਾਰ ਕੇ ਗੰਦ ਯਾਰ ਦਾ। ਹੈਲੋ ਕਾਲਾ ਕਾਲਾ ਆਈ ਲਓ ਜੀ, ਇਹਦਾ ਕੈਮ ਫਲਾਣਾ ਜੀ ਅਤੇ ਇੱਕ ਆਈ ਉਹ ਟੀ ਨੂੰ ਜ਼ਰਾ ਰੋੜ ਦਿਆ ਜੀ ਆਈ ਨੂੰ, ਅਤੇ ਜਨਾਬ ਤੁਸੀਂ ਇਹ ਤੁਹਾਨੂੰ ਮੈਂ ਵਹਾ ਦੇਣਾ ਚਾਹੁੰਦਾ ਕਿ ਤੁਹਾਡਾ ਵੀਰ, ਤੁਹਾਡਾ ਦੋਸਤ, ਤੁਹਾਡਾ ਹੋਸਟ ਜਿਹੜਾ ਧੁੱਪ ਦੇ ਵਿੱਚ ਤੁਹਾਡੇ ਵਾਸਤੇ ਤੁਹਾਨੂੰ ਕਿਹੜੇ ਕਈ ਜਾਨਵਰ ਵਹਾਨਾ ਤੁਹਾਨੂੰ ਮੈਂ ਸਰ, ਚੁੰਨੀ ਚੂਹਾ ਇਹ ਆਪਣੇ ਮਲਕ ਸਾਹਿਬ ਨੇ ਜਿਹੜੇ ਟਹਿਲਦੇ ਹੋਏ ਜਾ ਰਹੇ ਨੇ ਮਸਤ ਮਾਹੌਲ ਦੇ ਵਿੱਚ, ਮੁਝੇ ਮਸਤ ਮਾਹੌਲ ਮੈਂ ਜੀ। ਮੇਰਾ ਘਰ ਹੈ ਕਿਤਨਾ? 25,000 ਕਨਾਲ ਕਾ। ਯੇ ਵਾਲਾ ਯੇ ਨਹਿਰ ਨਹਿਰ ਦੇ ਗੰਦਾ ਨਾਲ ਮਲਕ ਦਾ ਘਰ, ਉਹ ਉਧਰ ਜਿਹੜੇ ਜਾਨਵਰ ਤਾੜੇ ਬੋਲਾ ਬੋਲਾ ਬੋਲਾ
ਅੱਜ ਤੋਂ ਗੁਫਾਰੇ ਦਾ ਨਾਮ ਮਲਕ ਨੇ ਪਾਤਾ ਬੋਲਾ ਤੇ ਗਾਣਾ ਹੈਗਾ ਪਾਲਾ ਪਾਲਾ ਤੇ ਬੜਾ ਰਾਮੀ ਹੈ ਕਹਿ ਦਿੰਦਾ ਬੋਲਾ 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 ਇੱਧਰ ਤਿਆਰੀ ਹੋ ਰਹੀ ਹੈ ਇੱਧਰ ਤਿਆਰੀ ਹੋ ਰਹੀ ਹੈ ਵਲੋਗ ਚੱਲ ਰਿਹਾ ਭਾਈ ਵਲੋਗ ਚੱਲ ਰਿਹਾ ਇੱਧਰ ਤਿਆਰੀ ਹੋ ਰਹੀ ਹੈ 1 ਮਿਲੀਅਨ ਕੀ ਇੱਧਰ ਧੁੱਪ ਆ ਰਹੀ ਹੈ ਧੁੱਪ ਆ ਰਹੀ ਹੁਣ ਦੱਸੋ ਹੁਣ ਦੱਸੋ ਇਹ 1 ਲੈ ਲਿਆ ਵੀਜੀ ਪੈਕ ਕਰੋ 1 ਐਮ ਬਣਾ ਹਾਂਜੀ ਲੋ ਜੀ ਗਨੀ ਟਾਈਗਰ ਜੋ ਕਿ ਗਨੀ ਟਾਈਗਰ ਰੈਪ ਸਟਾਰ ਰੈਪ ਕੀ ਦੁਨੀਆ ਮੇ ਜਿਵੇਂ ਉੱਭਰਦਾ ਹੋਇਆ ਗਰਮੀਆਂ ਦੇ ਵਿੱਚ ਅੰਬ ਖਾ ਕੇ ਉੱਭਰਦਾ ਹੋਇਆ ਫੋੜਾ ਹੁੰਦਾ ਨਾ ਫੋੜਾ ਤੇ ਰੈਪ ਦੀ ਦੁਨੀਆ ਦੇ ਵਿੱਚ ਉੱਭਰਦਾ ਹੋਇਆ ਸਟਾਰ ਬਲਕਿ ਉੱਭਰ ਚੁੱਕਿਆ ਗਨੀ ਰੈਪ ਸਟਾਰ ਜਿਸਕੇ ਟਿਕਟੋਕ ਪੇ 1 ਮਿਲੀਅਨ ਫਾਲੋਅਰ ਹੈ ਔਰ ਉਸਕੀ ਤਿਆਰੀ ਚੱਲ ਰਹੀ ਹੈ ਤਲਵਾਰ ਮਾਰ ਕੇ ਸ਼ਲਵਾਰ ਇੱਕ ਬੜੀ ਅਹਿਮ ਬਾਤ ਬਤਾਨਾ ਚਾਹਤਾ ਹੂੰ ਯੇ ਜੋ ਜੰਗਲ ਹੈ ਨਾ ਜੰਗਲਾ ਯਹਾਂ ਸੇ ਉਸਕੀ ਤਰਫ ਜੋ ਜੋ ਵੀ ਜਗ੍ਹਾ ਹੈ ਨਾ ਜੋ ਜੋ ਜਹਾਂ ਤੱਕ ਆਪਕੋ ਨਜ਼ਰ ਆ ਲੋ ਜੀ ਅੱਜ ਆਪਾਂ ਟੱਪ ਕੇ ਜਾਈਏ ਨਾ ਕੀ ਹੁੰਦਾ ਚਲੋ ਚਲੋ ਅੱਗੇ ਮੋਟਰਸਾਈਕਲ ਵਾਲਾ ਬੰਦਾ ਵਿੱਚ ਫਿਰ ਰਿਹਾ ਸੀ ਉਹ ਫਿਰ ਸਕਦਾ ਲੋ ਜੀ ਇਹ ਦੇਖੇ ਇਹ ਕੀ ਲੈ ਕੇ ਆਏ ਹੋ ਇਹ ਨਾਰ ਆ ਪਕੜੇ ਲੋ ਜੀ ਇਸ ਇਹ ਨਾਰ ਹੈ ਠਹਿਰ ਜੀ ਆ ਪਹਿਲੇ ਨਾ ਮਾਰਦੀ ਹੋ ਮਰੇ ਉਹ ਕਾਣਿਆਂ ਦੇ ਰਾਜੇ ਉਹ ਬਾਅਦ ਚ ਕਰਾਂਗੇ ਪਹਿਲੋਂ ਨਾ ਚਲਾ ਦੇ ਇਹ ਪਕੜੋ ਬਰੋ ਕਰਦਾ ਕਿਵੇਂ ਆ ਨਾਏ ਘਮਾਣਾ ਨੂੰ ਅੱਖਾਂ ਚ ਨਾ ਮਾਰੀ ਮਰੇ ਉਤਾਂ ਨੂੰ ਕਾਰਜ ਕਰਨਾ ਵੀ ਉਤੇ ਜਿਹੜਾ ਸਟੈਂਡ ਫੁੱਲਾ ਖਰਾਬ ਹੋ ਕਰਤਾ ਤੂੰ ਮਾਮਾ ਉਹਦਾ ਵੇ ਕਿੱਧਰ ਦਾ ਨਿਸ਼ਾਨ ਹੈ ਤੀਰ ਕਿੱਧਰ ਨੂੰ ਘੁਮਾਣ ਵਾਲਾ ਦੋਵਾਂ ਪਾਸੇ ਨਾ 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 ਅਏ ਉਤਾਂ ਨੂੰ ਅੱਖ ਚੋਂ ਵੱਜਦਾ ਹੀ ਅੱਖ ਨਿਕਲ ਗਈ ਸੀ ਇੱਕ ਬੰਦੇ ਦੀ ਇੱਕ ਕਾਣਾ ਹੋ ਗਿਆ ਸੀ ਖਰਾਬ ਹੋ ਗਿਆ ਆ ਮਤਲਬ ਇੱਕ ਤੂੰ ਘੁਮਾ ਕੇ ਵਹੀ ਆ ਵੇਖੀ ਆ ਵੇਖੀ ਆ ਵੇਖੀ ਖਰਾਬ ਹੀ ਕਰ ਛੜਿਆ ਘਮਾ ਸੂ ਤਾਜਾ ਸਹੀ ਨਹੀਂ ਪੂਰਾ ਵਾਹ ਤੇ ਤਦੇ ਹੀ ਤੇ ਲੈਂਦੇ ਆ ਇੱਕ ਹੀ ਘਮਾਓ ਅਬੀ ਜੇ ਦੇ ਖਰਾਬ ਦੇ ਓਏ ਓਏ ਫੋਸ ਹੋ ਗਈ ਆ ਫੋਸ ਆ ਦੇ ਫੋਸ ਆ ਕੀ ਕੀ ਤਾਜੇ ਯਾਰ ਤੂੰ ਅਏ ਮੈਂ ਦੱਸਣਾ ਮੈਂ ਦੱਸਣਾ ਅਏ ਗੱਲ ਅਏ ਝੂਠਾ 1 ਮਿਲੀਅਨ ਨਹੀਂ ਹੈਗਾ ਅਏ ਗੱਲ ਸੁਣ ਮੈਂ ਤੈਨੂੰ ਦੱਸਣਾ ਪਤਾ ਕੀ ਗੱਲ ਸੀ ਅਏ ਸਾਲ ਹੋ ਗਿਆ ਉਹ 12 ਰੁਪਏ ਲੈਵਲ ਤੇ ਲੈਣ ਤੋਂ ਚਲਾਣੇ ਭੁੱਲ ਗਿਆ ਉਹ ਪੇ ਪੇ ਨਾ ਐਕਸਪਾਇਰ ਹੋ ਗਈ ਘੰਟੇ ਦਾ ਕਮਾਂਡ ਹੈ ਐਗਜ਼ੈਕਟ ਮੇਰੇ ਕੋਲ ਬੜੀ ਭੈੜੀ ਹੁਣ ਪੱਤੇ ਲਾ ਕੇ ਲਾਣੇ ਪੈਣੇ ਉਹ ਵਾਲੇ ਫੁੱਲ ਲਾਣੇ ਪੈਣੇ ਤੇਰੇ ਸਿਰ ਆਹੋ ਇਹ ਕੱਢ ਲਓ ਜੀ ਗਾਈਸ ਆ ਪਏ ਹੋਏ ਸੀ ਲੇਕਿਨ ਤਾਜ਼ਾ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ ਬਾਜ਼ਾਰਾਂ ਦੇ ਚੀਜ਼ਾਂ ਪਈਆਂ ਬਸ ਇੱਕ ਵੀ ਨਹੀਂ ਚੱਲਿਆ ਸ਼ੁਕਰ ਹੈ ਪਹਿਲਾਂ ਹੀ ਚੈੱਕ ਕਰ ਲਿਆ ਜੀ ਵੀਡੀਓ ਦੇ ਵਿੱਚ ਬੜੀ ਭੈੜੀ ਹੋਣੀ ਸੀ ਲਓ ਜੀ 1 ਮਿਲੀਅਨ ਪਿਆ ਕਮਾਨਾ ਏ ਰਾਲਾ ਪਿਆ ਯਾਰ ਹੁਣ ਫਿਰ ਕੀ ਕਰੀਏ ਆ ਇਹਨੂੰ ਟੇਪ ਮੈਂ ਲਿਆਂਦੀ ਸੀ ਇਹਨੂੰ ਫਲਾਣ ਤੋਂ ਪਹਿਲਾਂ ਇਹਨੂੰ ਮਰੋ ਇਹਨੂੰ ਮਿਹਨਤ ਲੈਣਾ ਸੀ ਇਹ ਭਾਈ ਟਰਾਲੀ ਵਾਲਾ ਆ ਵੀਰੇ ਥੋੜ੍ਹੇ ਮੁੰਡਿਆਂ ਨੂੰ ਚੁਕਾਈ ਦੇ ਦੇ ਕੀ ਹਾਲ ਚਾਲ ਠੀਕ ਹੈ ਆ ਮੁੰਡਿਆਂ ਨੂੰ ਟਰਾਲੀ ਦੇ ਪਾ ਕੇ ਥੋੜ੍ਹਾ ਜਿਹਾ ਝੂਟਾ ਹੀ ਦੇ ਦੇ ਸਤਾਰ ਇੱਥੇ ਤੇਰਾ ਵਾਕਫ ਹੈਗਾ ਅੰਦਰ ਵਾੜ ਸਕਣਾ ਸਾਨੂੰ 5 ਵਜੇ ਹਾਲੇ ਤੇ ਸਾਢੇ 4 ਹੋਏ ਅੱਧਾ ਘੰਟਾ ਪਿਆ ਕਰੋਨਾ ਦੀ ਵਜ੍ਹਾ ਤੋਂ ਬੰਦ ਹੈ ਚਲੋ ਯਾਰ ਬਹੋ ਬਹੋ ਯਾਰ ਤੁਸੀਂ ਚਲੋ ਵੀ ਝੂਟਾ ਲਵੋ ਲਓ ਜੀ ਫਰਹਾਨ ਬਾਬਾ ਬਹਿ ਗਿਆ ਮੇਰਾ ਵੀਰ ਤੂੰ ਗੇਅਰ ਲਾਣੇ ਤੇ ਠੀਕ ਹੈ ਏ ਅੱਛਾ ਉਹ ਸਰੰਸਰ ਨੂੰ ਪੜਿਆ ਇਹਨੂੰ ਪੜ ਕੇ ਚਲੇ ਬਾਬਾ ਵੀਡੀਓ ਤਰਪਾ ਚੱਲ ਵੀ ਏ ਅੰਦਰ ਕਿੱਧਰ ਬੈਣਾ ਮੇਰਾ ਇਹ ਤੇਰਾ ਆਖਰੀ ਫਾਸ ਚੱਲ ਟੋਰ ਸਾਧ ਜਰਾ ਸਹੀ ਟੋਰੀ ਸਹੀ ਟੋਰੀ ਭਰਾਇਆ ਭਜਾਵੇ ਭਜਾਵੇ ਰੋਕੀ ਨਾ ਭਜਾਵੇ ਬਸ ਤੂੰ ਭਜਾਵੇ 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 ਹੁਣ ਆਪਾਂ ਇੱਥੋਂ ਆ ਪੱਤੇ ਤੋੜੀਏ ਤੇਰੇ ਜਦੋਂ ਉਹ ਹੋਏਗਾ ਨਾ ਤੇ ਆ ਸੁੱਟਾਂਗੇ ਲਾ ਮੈਂ ਰਹੀ ਏ ਲਾ ਬਲਾ ਲਾ ਉੱਥੋਂ ਸੈਲੀ 1 ਮਿਲੀਅਨ ਦਾ ਗੁੱਲੂ ਕਰ ਸਾਥ ਸੜੇ ਹੀ ਓਏ ਹੋਏ 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 ਤੂੰ ਤਾਂ ਖਰਾਦ ਵਾਲੇ ਕੋਲ ਲੱਗਾ ਪਹਿਲਾਂ ਹੀ ਮਾਮਾ ਤੇ ਆਪਣੇ ਹੱਥੇ ਵੇਖ ਜਿਮ ਕਰ ਕਰ ਕੇ ਜਿਮ ਨਹੀਂ ਫਰਹਾਨ ਬਾਬੇ ਨਾਲ ਉਹਦੇ ਨਾਲ ਤਲਕਾਤ ਕੱਢ ਲੈ ਰਹੇ ਓਕੇ ਵੀਰੇ ਸਿਗੜ ਦੇ ਲੈ ਲਈ ਸਿਗੜ ਅੱਛਾ
ਹਾਲਾਂਕਿ ਉਹ ਜਾਣਦਾ ਨਹੀਂ ਸੀ ਆਪਾਂ ਨੂੰ। ہمیں بڑی گرمی لگ رہی تھی تو ڈائریکٹ ہی ہم پہاڑی علاقوں میں آ گئے ہیں وادی سرکان کی طرف، اور وادی سرکان ابھی ایک پل آئے گا دریا کا، ہم وہ کراس کریں گے، آپ کو دکھاتے ہیں، بڑا خطرناک پل ہے۔ اور جناب دیکھتے ہیں پہلے کون کراس کرتا ہے۔ ہوئے ہوئے ہوئے، یہ پل ہے، چلو میرے بھائی سارے۔ لانگ لانگ تو خیر ہے، ٹوٹا ہے دے، یہ ہم پل کراس کر رہے ہیں، یہ جناب بہت خطرناک پل ہے، لانگ جو یار سارے۔ ہوئے 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 ہوئے، دریا ہے بہت بڑا، اے تن میں وہاں نہ تھلے جڑا دریا بھاگتا ہے پہلے۔ ہوئے 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 ہوئے، خطرناک قسم دا پل۔ ہوئے 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 ہوئے، اوئے گنی ٹائیگر ویکھو کتھوں لنگدا پیا۔ اوئے ہوئے 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 ہوئے، اوئے ہوئے 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 ہوئے، دریائے سرکندی، وادی سلکان، تاجیو مین پول دریائے سلکان دا، اے ویکھو، اوئے ہوئے ہوئے، او مین پول پیچھے بھاؤ، اے ملک آ رہا ہے، ملک کنگ کام دا کوگرا، آجو ملک صاحب، چلو جی گفارا جی لنگو۔ ویسے ہی کہہ رہے ہیں جناب، نہر ہی سی، وہی چھانگا منگائی ہے، کوئی وادی سلکان تو سلکند نہیں ہے۔ گنی بھائی آپ یہاں پہ آ کے کیا محسوس کر رہے ہیں؟ سچی بات بتانی، جھوٹ نہیں بولنا۔ بھوک لگی ہوئی بہت زیادہ، پسینے کے ساتھ پانی سارا اندر سے نکل گیا۔ اللہ خلانے تو بندہ کسی نے سیر کرانے کے لیے آ گیا۔ اچھا فیل کر رہے بھوک بہت لگی ہے تو پسینہ آ رہا ہے تو برے حال تو بھونکے دے، چھڈو یہ گنی نو، چھڈو یہ ملک۔ ملک بھائی آپ کیا فیل کر رہے؟ ذرا ادھر ہو، پھر کہیں گا کالا کرتا ہے، کیا محسوس کر رہے ہیں؟ میں آپ کو سیر پہ لے کے آیا ہوں۔ میرے لیے تمہیں لگ رہا میں کوئی بلائی علاقے چ بیٹھا ہے تو کی میری شکل ویکھ کے کی لگتا پتا نہیں، لگتا پہ برف دے یار گرمی اتنی۔ لو جی فرحان بابا، فرحان بابا سچی کہنا ہے، مطلب ہم آپ کو سیر پہ لے کے آئے ہیں۔ ولاگز دے چکراں چ اپنی ولاگز بند ہوئی بھائی، اوئے ہوئے، آج آپ کو پتہ چلا زندگی میں ٹھہراؤ کتنا ضروری ہے۔ ہاں ان پیچس لگے ہیں، وہ اگلے پول تو جانا ہے واپس۔ سونے دا دروازہ، چاندیاں گوریاں، ستے پہرا گوریاں، ایک پہر کالی، اوہی کرما والی، وہ تے نکلا سونا، تھوڑے وچ خون، کلا کالی پون، تیری پون گٹی نہیں، ہم تمہاری ہنڈی نہیں، ہنڈی کو بلاؤ، حلوا پوری کھلاؤ، حلوا پوری بابا جی کی ڈریم ڈال بروڑ پہ بابا جی رب جی ہوئی بہن وے، جو لوگ دوسری کنٹری میں رہتے ہیں لو شادیاں بھی مس کرتے ہوں گے نا، بہت مس کرتے ہیں، ان واسطے تے ساڈے دل واسطے چٹا ککڑ بنے رے تے، چٹا ککڑ بنے رے تے، تاش نک بندے والی تاش تیرے تے، تاش نک بندے والی تایا عاشق تیرے لکھ
इंतजार किए बगैर मैं जिसको दावत देने जा रहा हूं उसको आप क्या सारी दुनिया पूरी दुनिया में कहीं भी उसका नाम नहीं है और किसी नहीं नाम है ना अच्छा, नाम नहीं है। और किसी तारों के मुताज नहीं है अपने बारे में खुद ही बताएंगे तो क्योंकि असी तो जानते नहीं दसो जी कौन हो तुम हेलो अस्सलाम वालेकुम सर कैसे हैं ले लिया तेन नहीं बुलाया तू तो पहलो का इतना लो जी अब आप तुम तो अंदर थे मेरी बात सुनो मैं अंदर ही था अब आपको सॉन्ग सुनाने के लिए अब थोड़ा सा ढोल जा एक सॉन्ग मेरे सुना आ जरा ढोल सा सा सुना चल यार पीछे Disco, 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 dis
जिसको بغیر کسی انتظار کے میں ضلالت کے لیے دعوت دینا چاہتا ہوں
पानी ठंडा गरम जवानी जब ये पैदा हुई इन्हें मानी है तो इनको पैसे देने के लिए दाई के पास पैसे नहीं थे। दाई ने जाती है इसके मुंह पे कुछ ऐसी चीज चिपकी वो आज के बाद से और आज तक इसके मुंह पर चिपके मर्दों की दुनिया में इसे हाजी कहते हैं। सही कुछ है तमाम दिन बदली मजा नहीं आया जो यार बड़ा मजा है हमेशा से इसको पठान पसंद उन्होंने नहीं बेचारा अद्धा दे तू साले मत देना ग्रेजुएशन करने का है टक्साली से सर मैं केड़ा किते ताऊ का दी सी और मैं साले की कहे मारा नहीं करते कि मैं आज गेम से थोड़ी आते सर थनकारो ना श्री गुरु बड़े थनकार किसी बड़े मेहरबानी मार दिया।